ਆਪ ਹਾਈਕਮਾਨ ਨੇ ਲੋਕਤੰਤਰੀ ਪਰੰਪਰਾਵਾਂ ਨੂੰ ਛਿੱਕੇ ਟੰਗਿਆ। ਵਾਲੀਆ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ HS ਵਾਲੀਆ ਤੇ ਡਾਕਟਰ ਅਮਰਜੀਤ ਥਿੰਦ ਨੇ ਪੁਲਾਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੇ ਘੇਰਦਿਆਂ ਕਿਹਾ ਕਿ ਆਪ ਹਾਈਕਮਾਨ ਪੂਰੀ ਤਰ੍ਹਾਂ ਪੰਜਾਬ ਅਤੇ ਪੰਜਾਬੀ ਵਿਰੋਧੀ ਹਨ। ਨਾਲ ਹੀ ਉਨ੍ਹਾਂ ਨੇ ਇਸ ਸਮੁੱਚੀ ਕਾਰਵਾਈ ਨੂੰ ਗੈਰ ਲੋਕਤੰਤਰੀ ਦੱਸਦੇ ਹੋਏ ਕਿਹਾ ਕਿ ਇਹ ਸਿਵਾਏ ਤਾਨਾਸ਼ਾਹੀ ਦੇ ਹੋਰ ਕੁਝ ਨਹੀਂ ਹੈ। ਪੱਤਰਕਾਰ ਸੰਮੇਲਨ ਵਿੱਚ ਗੱਲਬਾਤ ਕਰਦਿਆਂ ਕਿਹਾ, ਅੱਜ ਦੀ ਪ੍ਰੈਸ ਕਾਨਫਰੰਸ ਮੈਂ ਅਤੇ ਮੇਰੇ ਸਾਥੀ ਡਾਕਟਰ ਅਮਰਜੀਤ ਸਿੰਘ ਥਿੰਦ ਸ਼ਾਹਕੋਟ ਤੋਂ ਅਸੀਂ ਦੋਨੋਂ ਸਾਡੇ ਵਰਕਰਸ ਦੇ ਨਾਲ ਲੜ ਕੇ ਕਰ ਰਹੇ ਹਾਂ। ਇਹ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਜੋ ਡੈਮੋਕ੍ਰੇਸੀ ਦਾ ਘਾਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਔਰ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਡਿਪਟੀ CM ਦਿੱਲੀ ਦੇ ਕੀਤਾ, ਇੱਕ ਇੰਡੀਆ ਦੀ ਡੈਮੋਕ੍ਰੇਸੀ ਦਾ ਘਾਣ ਕੀਤਾ ਉਹਨੇ, ਕਿਉਂਕਿ ਇੰਡੀਆ ਦੀ ਡੈਮੋਕ੍ਰੇਸੀ ਟੈਲਸ, ਇੰਡੀਆ ਦੀ ਡੈਮੋਕ੍ਰੇਸੀ ਸੇਜ਼ ਇਫ ਯੂ ਹੈਵ ਟੂ ਚੇਂਜ ਦੀ LOP, ਯੂ ਹੈਵ ਟੂ ਕਾਲ ਦੀ ਮੀਟਿੰਗ ਆਫ ਆਲ ਦੀ MLAs, ਜਿੱਦਾਂ ਸਾਡੇ 20 MLA ਆ ਪੰਜਾਬ ਦੇ, ਯੂ ਹੈਵ ਟੂ ਕਾਲ ਦੀ ਮੀਟਿੰਗ ਐਟ ਵਨ ਪਲੈਟਫਾਰਮ, ਲੈਟ ਦੈਮ ਡਿਸਾਈਡ, ਨੋਟ ਯੂ ਹੈਵ ਟੂ ਡਿਸਾਈਡ। ਇਹਨੇ ਮਨੀਸ਼ ਸਿਸੋਦੀਆ ਨੇ ਔਰ ਕੇਜਰੀਵਾਲ ਨੇ ਇੱਕ ਡਿਕਟੇਟਰਸ਼ਿਪ ਦੀ ਲਾਈਨ ਫੜੀ ਹੋਈ ਆ। ਇਹ ਇੱਕ ਡਿਕਟੇਟਰ ਬੰਦੇ ਆ, ਇਹ ਚਾਹੁੰਦੇ ਆ ਕਿ ਸਾਡੇ ਅੱਗੇ ਕੋਈ ਨਾ ਬੋਲੇ, ਜੋ ਅਸੀਂ ਕਰ ਦਈਏ ਉਹ ਫਾਈਨਲ, ਜੋ ਅਸੀਂ ਬਣਾ ਦਈਏ ਉਹ ਕਾਨੂੰਨ। ਬਟ ਉਸ ਤਰੀਕੇ ਨਾਲ ਪਾਰਟੀ ਤਾਂ ਇਹਨਾਂ ਕੋਲ ਨਹੀਂ ਚੱਲੀ, ਅਸੀਂ ਇਹਨਾਂ ਨੂੰ ਉਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਘਾਣ ਨਹੀਂ ਕਰਨ ਦੇਵਾਂਗੇ। ਇਹਨਾਂ ਨੇ ਇੱਕ ਟਵੀਟ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ LOP ਤੋਂ ਲਾਹੁਣ ਦੇ ਆਰਡਰ ਦੇ ਦਿੱਤੇ। ਮੈਂ ਕਹੂੰਗਾ ਇਹ ਆਰਡਰ ਨਹੀਂ ਸੀ, ਇਹ ਤਾਨਾਸ਼ਾਹੀ ਫਰਮਾਨ ਸੀ, ਸੁਖਪਾਲ ਸਿੰਘ ਖਹਿਰਾ ਨੂੰ ਲਾ ਦਿਓ, ਚੀਮਾ ਨੂੰ ਲਾ ਦਿਓ। ਇਹ ਗਲਤ ਆ, ਇਸ ਕਰਕੇ ਅਸੀਂ ਇਹਦੇ ਵਿਰੋਧ 'ਚ ਅੱਜ ਇੱਥੇ ਇਕੱਠੇ ਹੋਏ ਹਾਂ। ਔਰ ਇੱਕ ਸਵਾਲ ਮੈਂ ਤੁਹਾਡੇ ਮਾਧਿਅਮ ਦੇ ਨਾਲ ਮਨੀਸ਼ ਸਿਸੋਦੀਆ ਨੂੰ ਪੁੱਛਣਾ ਚਾਹੁੰਦਾ। ਮਨੀਸ਼ ਸਿਸੋਦੀਆ ਹੁਣੇ ਇੱਕ ਫੋਨ ਕਰਕੇ, ਟਵੀਟ ਕਰਕੇ 5 ਮਿੰਟ ਦੇ ਵਿੱਚ ਜਵਾਬ ਦੇਵੇ ਕਿ 20 ਦੇ 20 MLA ਦਾ ਨਾਮ ਕੀ ਆ ਪੰਜਾਬ 'ਚ ਔਰ ਉਹ ਕਿਹੜੀ ਕਿਹੜੀ ਕੋਨਸਟੀਚੁਐਂਸੀ ਤੋਂ ਬਿਲੋਂਗ ਕਰਦੇ ਆ। ਜਿਹੜੇ ਇੰਚਾਰਜ ਨੂੰ ਇਹ ਨਹੀਂ ਪਤਾ ਉਹਦੇ MLA ਦਾ ਨਾਮ ਕੀ ਆ ਔਰ ਕਿਹੜੇ ਹਲਕਿਆਂ ਤੋਂ ਬਿਲੋਂਗ ਕਰਦੇ ਆ, ਉਹਨੂੰ ਉੱਥੇ ਪਾਰਟੀ ਦੇ ਆਪਣੇ ਅਹੁਦੇ 'ਤੇ ਬਰਕਰਾਰ ਰਹਿਣ ਦਾ ਕੋਈ ਮਤਲਬ ਨਹੀਂ, ਇਮੀਡੀਏਟਲੀ ਰਿਜ਼ਾਈਨ ਦੇਣ। ਔਰ ਸੈਕਿੰਡ ਗੱਲ, ਕੇਜਰੀਵਾਲ, ਕਿਉਂਕਿ ਮੈਂ ਉਸ ਪਾਰਟੀ ਦੇ ਵਿੱਚ ਪੋਲੀਟੀਕਲ ਲਾਈਨ ਜੁਆਇਨ ਕੀਤੀ ਹੈ, ਕੇਜਰੀਵਾਲ ਹਮੇਸ਼ਾ ਇਹ ਬੋਲਦੇ ਹੁੰਦੇ ਸੀ, ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਾਂਗੇ, ਅਸੀਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਾਂਗੇ। ਅੱਜ ਉਹੀ ਕੇਜਰੀਵਾਲ, ਉਹੀ ਮਨੀਸ਼ ਸਿਸੋਦੀਆ ਇਹ ਕਹਿ ਰਿਹਾ ਕਿ ਅਸੀਂ ਦਲਿਤ ਸਮਾਜ ਵਾਲਾ LOP ਲਾਉਣਾ ਸੀ, ਸੁਖਪਾਲ ਸਿੰਘ ਖਹਿਰਾ ਨੂੰ ਉਸ ਵਜ੍ਹਾ ਨਾਲ ਅਸੀਂ ਲਾ ਤਾ। ਜੇ ਦਲਿਤ ਸਮਾਜ ਵਾਲਾ ਲਾਉਣਾ ਸੀ 17 ਮਹੀਨੇ ਪਹਿਲਾਂ ਕਿਉਂ ਨਹੀਂ ਯਾਦ ਆਇਆ? ਜਲੰਧਰ ਦੇ ਵਿੱਚ ਚੰਦਨ ਗਰੇਵਾਲ ਦਲਿਤ ਸਮਾਜ, ਦਰਸ਼ਨ ਭਗਤ, ਸਰੂਪ ਸਿੰਘ ਕੰਡਿਆਣਾ, ਹੋਰ ਮੇਰੇ ਬਹੁਤ ਸਾਰੇ ਵੀਰ ਦਲਿਤ ਸਮਾਜ ਨਾਲ ਬਿਲੋਂਗ ਕਰਦੇ, ਮੇਰਾ ਬੜਾ ਪਿਆਰ ਆ, ਮੇਰਾ ਪਰਿਵਾਰ ਆ ਉਹ, ਉਹਨਾਂ ਨੂੰ ਅੱਜ ਤੱਕ ਮੈਨੂੰ ਦੱਸਣ ਇਹਨਾਂ ਨੇ ਕੀ ਦਿੱਤਾ? ਕਈ ਪਾਰਟੀ ਛੱਡ ਗਏ, ਕਈ ਛੱਡਣ ਦੇ ਤਦਾਰ 'ਤੇ ਆ, ਕਈ ਘਰ ਬੈਠੇ। ਸੋ ਮੈਂ ਇਹਨਾਂ ਨੂੰ ਮੰਗ ਕਰਦਾ, ਮਨੀਸ਼ ਸਿਸੋਦੀਆ ਇਮੀਡੀਏਟਲੀ ਰਿਜ਼ਾਈਨ ਕਰੇ ਆਪਣੀ ਪੋਸਟ ਤੋਂ ਔਰ ਪੰਜਾਬ ਦੇ ਲੋਕਾਂ ਕੋਲੋਂ ਮਾਫ਼ੀ ਮੰਗੇ ਔਰ ਕਾਂਗਰਸ ਦੀ B ਟੀਮ ਵਜੋਂ ਜੋ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਉਸ ਕੰਮ ਨੂੰ ਇੱਕਦਮ ਬੰਦ ਕਰਨ, ਨਹੀਂ ਤਾਂ ਅਸੀਂ ਆਪਣਾ ਵਿਰੋਧ ਹੋਰ ਤਿੱਖਾ ਕਰਾਂਗੇ ਆਉਣ ਸਮੇਂ 'ਚ। ਆਮ ਆਦਮੀ ਪਾਰਟੀ ਤੋਂ ਕਿਸੇ ਨੇ ਹਾਲੇ ਤੱਕ ਨਹੀਂ ਕੋਈ ਆਵਾਜ਼ ਚੱਕੀ, ਨਾ ਕੋਈ ਹਾਲੇ ਆਇਆ ਸੁਪਾਲ ਕਰਦੇ ਹੋ, ਤੁਸੀਂ ਛੱਡ ਕੇ ਆ ਗਏ ਹੋਏ ਹੁਣ ਅਕਾਲੀ ਦਲ 'ਚ, ਹਾਂਜੀ, ਤੁਸੀਂ ਇਹ ਫੇਵਰ ਕਿਉਂ ਕਰ ਰਹੇ ਹੋ? ਨਹੀਂ, ਮੈਂ ਬਿਲਕੁਲ ਵੀ ਫੇਵਰ ਨਹੀਂ ਕਰ ਰਿਹਾ ਸੁਖਪਾਲ ਸਿੰਘ ਖਹਿਰਾ ਦੀ, ਮੇਰੇ ਵੱਲੋਂ LOP ਤੁਸੀਂ ਵੀ ਹੁੰਦੇ ਜਾਂ ਕੋਈ ਹੋਰ ਵੀ ਹੁੰਦਾ, ਡਾਕਟਰ ਸਾਹਿਬ, ਮੇਰਾ ਕੋਈ ਆਪਣਾ ਹੁੰਦਾ ਜਾਂ ਬਗਾਨਾ ਹੁੰਦਾ, ਮੈਨੂੰ ਕੋਈ ਮਤਲਬ ਨਹੀਂ। ਦਿਸ ਪੀਸੀ ਇਜ਼ ਨੀਦਰ ਇਨ ਦੀ ਫੇਵਰ ਆਫ ਸੁਖਪਾਲ ਸਿੰਘ ਖਹਿਰਾ ਨੋਰ ਇਨ ਦੀ ਅਗੇਂਸਟ, ਆਈ ਐਮ ਅਗੇਂਸਟ ਆਫ ਸੁਖਪਾਲ ਸਿੰਘ ਖਹਿਰਾ। ਮੈਂ ਡੈਮੋਕ੍ਰੇਸੀ ਦੇ ਘਾਣ ਦੇ ਸੰਬੰਧ ਦੇ ਵਿੱਚ PC ਕਰ ਰਿਹਾ ਅੱਜ, ਮੈਂ ਅਤੇ ਡਾਕਟਰ ਅਮਰਜੀਤ ਮੇਰੇ ਭਰਾ, ਅਸੀਂ ਇੱਕ ਇੱਦਾਂ ਦੀ ਬੇਸਲੈਸ ਕੋਈ ਵੀ ਗੱਲ ਨਹੀਂ ਕਰਾਂਗੇ ਜਿਹਦਾ ਕੋਈ ਮਤਲਬ ਨਾ ਹੋਵੇ। ਮੇਰਾ ਸੁਖਪਾਲ ਸਿੰਘ ਖਹਿਰਾ ਜੀ ਨਾਲ ਕੋਈ ਮਤਲਬ ਨਹੀਂ ਕਿ ਉਹ ਸੁਖਪਾਲ ਸਿੰਘ ਕੋਈ ਵੀ ABC ਬੰਦਾ ਹੁੰਦਾ, ਮੈਂ ਕਰਦਾ। ਆਮ ਆਦਮੀ ਪਾਰਟੀ ਦੇ ਵਿੱਚ ਬੋਲਣ ਦਾ ਰਿਵਾਜ ਨਹੀਂ ਹੈਗਾ ਜੀ, ਇੱਕ ਗੱਲ ਸਮਝ ਲਓ ਸਾਰੇ ਤੁਸੀਂ ਆਪਣੇ ਪ੍ਰੈਸ ਵਾਲਿਓ, ਜਿਹੜਾ ਬੋਲੂਗਾ ਉਹਨੂੰ ਪਾਰਟੀ ਦਾ ਬਾਹਰਲਾ ਰਸਤਾ ਦਿਖਾ ਦਿੱਤਾ ਜਾਂਦਾ। ਇਹ ਇਮੀਡੀਏਟ ਫਰਮਾਨ ਉੱਥੋਂ ਜਾਰੀ ਹੁੰਦਾ ਉੱਪਰੋਂ ਕੇਜਰੀਵਾਲ ਦੇ ਦਫ਼ਤਰੋਂ, ਇਹ ਪਾਰਟੀ ਦੇ ਅਗੇਂਸਟ ਬੋਲਿਆ, ਗੈਟ ਆਊਟ ਆਫ ਦੀ ਪਾਰਟੀ। ਨਹੀਂ, ਮੈਨੂੰ ਖੈਰ, ਇਹ ਮੈਂ ਵਰਡ ਨਹੀਂ ਯੂਜ਼ ਕਰਦਾ ਧੱਖੇਰੇ ਨਾਲ ਧੱਕਾ ਹੋਇਆ, ਮੈਂ ਇਹ ਯੂਜ਼ ਕਰੂੰਗਾ ਵਰਡ, ਆਮ ਆਦਮੀ ਪਾਰਟੀ ਨੇ ਜੇ LOP ਬਦਲਣਾ ਸੀ ਬਦਲਦੇ, ਉਹਨਾਂ ਦਾ ਇੰਟਰਨਲ ਮੈਟਰ ਆ, ਮੈਨੂੰ ਕੋਈ ਮਤਲਬ ਨਹੀਂ, ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਮਤਲਬ ਨਹੀਂ। ਬਟ ਜਿਹੜਾ ਤਰੀਕਾ ਵਾ ਬਦਲਣ ਦਾ, ਇਟ ਇਜ਼ ਅਗੇਂਸਟ ਡੈਮੋਕ੍ਰੇਸੀ ਐਂਡ ਆਈ ਸਟੈਂਡ ਅਗੇਂਸਟ ਹਿਮ। ਜੋ ਉਹਨੇ ਮਨੀਸ਼ ਸਿਸੋਦੀਆ ਨੇ ਇਹ ਜੋ ਨਵਾਂ ਕਾਨੂੰਨ ਕੱਢਤਾ ਟਵਿੱਟਰ 'ਤੇ, ਇਹ ਮੈਂ ਉਹਦੇ ਅਗੇਂਸਟ ਖੜਾ ਇਸ ਗੱਲ 'ਤੇ। ਮੌਕਾ ਪ੍ਰਸਤੀ ਦੀ ਸਿਆਸਤ ਇਹ ਆ, ਜਦੋਂ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ, ਇਹ ਹਮੇਸ਼ਾ ਕਹਿੰਦੇ ਸੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ। ਜਦੋਂ ਜਲੰਧਰ 'ਚ ਆਏ, ਕਿਹੜਾ ਇਹਨਾਂ ਨੇ ਧਾਰਮਿਕ ਸਥਾਨ ਛੱਡਿਆ? ਹਰ ਇੱਕ ਧਾਰਮਿਕ ਸਥਾਨ 'ਤੇ ਗਏ, ਇਹ ਧਰਮ ਦੀ ਰਾਜਨੀਤੀ ਪੂਰੀ ਕਰਦੇ ਆ। ਫਿਰ ਇਹ ਕਹਿੰਦੇ ਸੀ ਅਸੀਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੇ,
ਇਹ ਜਾਤ ਪਾਤ ਦੀ ਵੀ ਰਾਜਨੀਤੀ ਕਰਦੇ ਆ। ਇਸ ਲਈ ਮੈਂ ਇਹਨਾਂ ਨੂੰ ਮੌਕਾ ਪ੍ਰਸਤ ਕਹਿੰਦਾ, ਹਰ ਵੇਲੇ ਆਪਣੀਆਂ ਟਰਮਸ ਤੋਂ ਬਦਲ ਜਾਣਾ, ਹਰ ਵੇਲੇ ਆਪਣੀ ਜ਼ਬਾਨ ਤੋਂ ਭੱਜ ਜਾਣਾ ਇਹ ਔਰ ਇੱਕ ਗੱਲ ਹੋਰ ਵੀ ਤੁਹਾਡੇ ਧਿਆਨ 'ਚ ਲਿਆ ਦੇਵਾਂ, ਆਪਸ 'ਚ ਵੀ ਇਹ ਲੋਕ ਇੱਕ ਨਹੀਂ ਹੈਗੇ, ਇਹ ਸਾਨੂੰ ਦਿਖਦਾ ਕੁਛ ਹੈ, ਅੰਦਰ ਕੁਛ ਹੈ, ਜਿੱਦਾਂ ਨਾਰੀਅਲ ਬਾਹਰੋਂ ਸਖਤ ਹੈ ਅੰਦਰ ਉਹ ਦਿਖਦਾ ਕੁਛ ਹੈ, ਅੰਦਰ ਕੁਛ ਹੈ, ਉਹ ਹਿਸਾਬ ਆ। ਅੱਜ ਦੀ ਡੇਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਗਲਤੀ ਕੀਤੀ ਸੀ, ਬਹੁਤ ਵੱਡੀ ਗਲਤੀ ਕੀਤੀ ਸੀ ਕਿ ਮਜੀਠੀਆ ਸਾਹਿਬ 'ਤੇ ਐਲੀਗੇਸ਼ਨ ਲਾਏ ਸੀ ਕਿ ਉਹ ਡਰੱਗ ਸਮਗਲਰਾਂ ਦੇ ਨਾਲ ਰਲੇ ਹੋਏ ਆ। ਅਰਵਿੰਦ ਕੇਜਰੀਵਾਲ ਨੇ ਮਾਫ਼ੀ ਮੰਗੀ, ਓਪਨਲੀ ਮਾਫ਼ੀ ਮੰਗੀ ਕਿ ਮੈਂ ਚਲੋ ਮੈਂ ਉਸ ਗੱਲ ਦੇ ਉਹਦੇ ਹੱਕ 'ਚ ਹੈ ਕਿ ਜੇ ਕੋਈ ਗਲਤੀ ਹੋਈ ਤਾਂ ਉਹਨੇ ਮਾਫ਼ੀ ਮੰਗੀ ਕਿ ਮਜੀਠੀਆ ਸਾਹਿਬ ਵਰਗੇ ਦੇਵਤਾ ਇਨਸਾਨ ਬੰਦੇ ਨੂੰ ਜੇ ਉਹਨੇ ਗਲਤ ਐਲੀਗੇਟ ਕੀਤਾ ਉਹਨੇ ਉਹ 'ਚ ਮਾਫ਼ੀ ਮੰਗੀ, ਅਤੇ ਉਹ ਆਪਣੇ ਸਾਥੀ ਸੰਜੇ ਸਿੰਘ ਨੂੰ ਕਿਉਂ ਨਹੀਂ ਕਹਿੰਦਾ ਮਾਫ਼ੀ।